अलीगढ़ के गांव कपियाल में भाई घनैया जी स्पोर्ट्स एंड वेलफेयर क्लब और गाँव वासियों के सहयोग से जरूरतमंद लोगों के लिए गांव में आंखों का और खूनदान कैंप लगाया गया। इस कैंप में बड़ी गिनती में आंखों की बीमारियों के मरीज पहुंचे। इसके अलावा खूनदान करने वाले लोगों में भी काफी उत्साह देखा गया। क्लब की ओर से आए आंखों के मरीजों के मुफ्त ऑपरेशन और मुफ्त दवाइयाँ देने का प्रबंध किया हुआ था। कैंप में इलाके के युवाओं ने खूनदान किया। कैंप में बाहर डॉक्टर मरीजों का चेकअप करने के लिए पहुंचे हुए थे। भवानीगढ़ के कपियाल गांव से अमनदीप सिंह झनेरी, आजाद टीवी न्यूज। ਇਹ ਸਾਡਾ ਜਿਹੜਾ ਕੈਂਪ ਹੈ ਜੀ, ਇਹ ਭਾਈ ਘਨੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਲਗਵਾਇਆ ਜਾ ਰਿਹਾ ਜੀ। ਤਕਰੀਬਨ ਅਸੀਂ 300 ਮਰੀਜ਼ਾਂ ਦਾ ਜੀ ਇੱਥੇ ਪੇਸ਼ੈਂਟਾਂ ਦਾ ਚੈੱਕਅਪ ਕਰ ਚੁੱਕੇ ਹਾਂ ਜੀ, ਤੇ ਤਕਰੀਬਨ 40 ਪੇਸ਼ੈਂਟ ਨੇ ਜਿਹੜੇ ਆਪਰੇਸ਼ਨ ਵਾਲੇ ਹੋ ਜਾਣਗੇ, ਤੇ ਨਾਲ ਦੀ ਨਾਲ ਅਸੀਂ ਬਲੱਡ ਡੋਨੇਟਰ ਵਾਲਾ ਵੀ ਕੈਂਪ ਲਗਵਾਇਆ ਹੋਇਆ ਜੀ, ਤੇ ਨੌਜਵਾਨ ਬਲੱਡ ਡੋਨੇਟ ਕਰ ਰਹੇ ਨੇ ਜੀ, ਤੇ ਅਸੀਂ ਨਾਲ ਦੇ ਨਾਲ ਚੈੱਕਅਪ ਕਰ ਰਹੇ ਹਾਂ। ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਜੀ, ਤੇ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ ਜੀ, ਤੇ ਬਜ਼ੁਰਗਾਂ ਨੂੰ ਆਪੇ ਲੈ ਕੇ ਜਾਵਾਂਗੇ ਤੇ ਆਪੇ ਘਰ ਛੱਡ ਕੇ ਆਵਾਂਗੇ। ਅੱਜ ਸਾਡੇ ਪਿੰਡ ਕਪਿਆਲੇ ਵਿਖੇ ਭਾਈ ਘਨੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਬੀਬੀ ਮਨਜੀਤ ਕੌਰ ਕਪਿਆਲ ਦੀ ਮਿੱਟੀ ਯਾਦ ਨੂੰ ਸੰਕਰਾ ਹਸਪਤਾਲ ਦੇ ਸਹਿਯੋਗ ਦੇ ਨਾਲ ਪਹਿਲਾ ਅੱਖਾਂ ਦਾ ਫ੍ਰੀ ਚੈੱਕਅਪ, ਆਪਰੇਸ਼ਨ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ। ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰਬੰਧ ਕਰਾਇਆ ਮੁੰਡਿਆਂ ਦਾ, ਤੇ ਡਾਕਟਰ ਸਾਹਿਬ ਨੇ ਗੇ ਵਧੀਆ ਟੀਮਾਂ ਡਾਕਟਰਾਂ ਦੀ, ਡਾਕਟਰ ਬਹੁਤ ਚੰਗੀ ਤਰ੍ਹਾਂ ਚੈੱਕਅਪ ਕਰ ਰਹੇ ਨੇ, ਤੇ ਬਹੁਤ ਵਧੀਆ ਪ੍ਰਬੰਧ ਹੈ ਜੀ, ਖਾਣ ਪੀਣ ਦਾ ਹੈਗਾ ਤੇ ਹਵਾ ਹੋਵਾ ਦਾ ਕੂਲਰ ਦਾ, ਬਹੁਤ ਵਧੀਆ ਮੁੰਡਿਆਂ ਨੇ ਕੈਂਪ ਚ ਮਤਲਬ ਬਹੁਤ ਵਧੀਆ ਕੀਤਾ ਹੈਗਾ। ਅੱਖਾਂ ਦਾ ਵੀ ਹੈਗਾ ਜੀ ਤੇ ਬਲੱਡ ਕੈਂਪ ਵੀ ਹੈ ਜੀ, ਅੱਖਾਂ ਦਾ ਵੀ ਹੈ ਜੀ, ਬਹੁਤ ਵਧੀਆ ਹੈਗਾ ਜੀ। ਹਾਂਜੀ, ਇਹ ਕੈਂਪ ਆਪਣੇ ਸਾਰੇ ਪਿੰਡ ਦੇ ਸਹਿਯੋਗ ਤੇ ਭਾਈ ਘਨੱਈਆ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਤੇ ਗ੍ਰਾਮ ਪੰਚਾਇਤ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਕੈਂਪ ਦਾ ਉਪਰਾਲਾ ਕੀਤਾ ਗਿਆ ਵੀ ਪਿੰਡ ਵਿੱਚ ਜੋ ਵੀ ਚੱਲ ਆਲੇ ਦੁਆਲੇ ਦੇ ਬਜ਼ੁਰਗ ਨੇ ਉਹਨਾਂ ਨੂੰ ਅੱਖਾਂ ਦੀ ਬਹੁਤ ਹੀ ਦਿੱਕਤ ਆ ਰਹੀ ਸੀ, ਜਿਸ ਕਰਕੇ ਉਹਨਾਂ ਨੂੰ ਆਉਣਾ ਜਾਣਾ ਦੀ ਮੁਸ਼ਕਲ ਹੋ ਗਈ ਸੀ। ਉਸ ਕਰਕੇ ਸਾਰਿਆਂ ਉਪਰਾਲਾ ਕੀਤਾ ਵੀ ਆਪਾਂ ਅੱਖਾਂ ਦਾ ਕੈਂਪ ਲਗਾਇਆ ਜਾਵੇ, ਤੇ ਇਸ ਨਾਲ ਕੈਂਪ ਦੇ ਸਹਿਯੋਗ ਵੈਲਫੇਅਰ ਭਾਈ ਘਨੱਈਆ ਸਪੋਰਟਸ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਇਹ ਕੈਂਪ ਦੀ 25 ਤਰੀਕ ਮਿਥੀ ਗਈ, ਤੇ ਇਸ ਕੈਂਪ ਵਿੱਚ ਅੱਜ ਆਲੇ ਦੁਆਲੇ ਪਿੰਡਾਂ ਦੇ ਬਜ਼ੁਰਗਾਂ ਨੇ ਹਿੱਸਾ ਲਿਆ ਤੇ 40 ਕੈਂਪ ਮਰੀਜ਼ ਪਹੁੰਚ ਚੁੱਕੇ ਨੇ। ਤੇ ਸਾਡੀ ਟੀਮ ਅੱਜ ਆਈ ਹੈ ਪਿੰਡ ਕਪਿਆਲ ਵਿੱਚ ਮੈਡੀਕਲ ਕਾਲਜ ਪਟਿਆਲਾ ਤੋਂ, ਤੇ ਇਹਨਾਂ ਨੇ ਇੱਥੇ ਦੇ ਯੂਥ ਜਿਹੜਾ ਹੈਗੇ ਆ ਪਿੰਡ ਦੇ, ਇਹਨਾਂ ਨੇ ਉਪਰਾਲਾ ਕੀਤਾ ਹੈਗਾ ਤੇ ਆਪਣੇ ਆਈ ਚੈੱਕਅਪ ਦਾ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ, ਤੇ ਸਾਡੀ ਟੀਮ ਆਈ ਹੈ, ਸਾਡੇ ਨਾਲ ਸਾਡੀਆਂ ਸਟਾਫ ਨਰਸਾਂ ਦੇ ਸਾਰਾ ਸਟਾਫ ਮਿਲ ਕੇ ਆਇਆ, ਤੇ ਯੁਵਕ ਆ ਰਹੇ ਨੇ ਇੱਥੇ ਆਪਣਾ ਖੂਨਦਾਨ ਕਰ ਰਹੇ ਨੇ, ਬਹੁਤ ਵਧੀਆ ਕੈਂਪ।